ਪੰਜਾਬ ਪੁਲਿਸ ਨਸ਼ੇ ਦੇ ਖਾਤਮੇ ਨੂੰ ਲੈ ਕੇ ਪਹਿਲਾਂ ਦੇ ਮੁਕਾਬਲੇ ਕਾਫੀ ਸਤਰਕ ਨਜ਼ਰ ਆ ਰਹੀ ਹੈ। ਅਗਰ ਕੋਈ ਮਾਮੂਲੀ ਨਸ਼ਾ ਕਰਦਾ ਉਸ ਨੂੰ ਜੇਲ੍ਹ ਤੋਂ ਪਹਿਲਾਂ ਪੁਲਿਸ ਹਸਪੀਟਲ ਲੈ ਕੇ ਜਾਏਗੀ। ਇਸ ਤੋਂ ਪਹਿਲਾਂ ਵੀ ਕਾਫੀ ਪੇਸ਼ੈਂਟ ਨੇ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਪੁਲਿਸ ਕਰਾ ਚੁੱਕੀ। SP ਸਿਟੀ ਮੇਰੇ ਨਾਲ ਗੱਲਬਾਤ ਕਰਦੇ ਹਾਂ ਸਰ, ਕਿਸ ਤਰ੍ਹਾਂ ਦੀ ਐਫਰਟਸ ਪੁਲਿਸ ਦੀ ਹੈ, ਮਾਮੂਲੀ ਨਸ਼ਾ ਕਰਨ ਵਾਲੇ ਨੂੰ ਕੀ ਰਿਲੀਫ ਦੇ ਰਹੇ ਹੋ, ਪਹਿਲਾਂ ਜੇਲ੍ਹ ਕਿ ਪਹਿਲਾਂ ਹਸਪੀਟਲ? ਜਿਹੜਾ ਕੋਈ ਵੀ ਅਕਿਊਜ਼ਡ ਹੈਗਾ, ਜਿਹੜਾ ਕੰਜ਼ਿਊਮਰ ਹੈਗਾ, ਜਿਹਦੇ ਵਿੱਚ ਜਿਹੜਾ ਬੰਦਾ ਕੋਈ ਨਸ਼ਾ ਜਾਂ ਕੰਜ਼ੰਪਸ਼ਨ ਦੇ ਵਿੱਚ ਅਸੀਂ ਪਕੜ ਲੈਂਦੇ ਹਾਂ, ਉਹਦੇ 'ਤੇ FIR ਰਜਿਸਟਰ ਹੋ ਜਾਂਦੀ ਹੈ ਅੰਡਰ ਸੈਕਸ਼ਨ 27 NDPS ਐਕਟ। ਅਤੇ ਜਦੋਂ ਅਸੀਂ ਉਹਨੂੰ ਇਨ ਦੀ ਕੋਰਟ ਪ੍ਰੋਡਿਊਸ ਕੀਤਾ ਜਾਂਦਾ, ਅਤੇ ਜੇਕਰ ਉਹ ਨਸ਼ਾ ਜਿਹੜਾ ਹੈਗਾ ਛੱਡਣਾ ਚਾਹੁੰਦਾ, ਉਹ ਅਸੀਂ ਇਹਨੂੰ ਵਿਲਿੰਗਲੀ ਜਿਹੜਾ ਹੈਗਾ ਕੰਸੈਂਟ ਦਿੰਦਾ ਕਿ ਮੈਂ ਜਿਹੜਾ ਹੈਗਾ ਮੇਰਾ ਟ੍ਰੀਟਮੈਂਟ ਕੀਤਾ ਜਾਵੇ ਅਤੇ ਮੈਂ ਨਸ਼ਾ ਜਿਹੜਾ ਛੱਡਣਾ ਚਾਹੁੰਦਾ, ਤਾਂ ਉਹਨੂੰ ਜਿਹੜੀ ਹੈਗੀ ਟ੍ਰਾਇਲ ਦੇ ਵਿੱਚ ਇਮਿਊਨਿਟੀ ਮਿਲਦੀ ਹੈ 64A NDPS ਐਕਟ ਦੇ ਵਿੱਚ। ਸੋ ਜਦੋਂ ਬੰਦਾ ਉਸ ਤੋਂ ਬਾਅਦ ਉਸਨੂੰ ਜਿਹੜੀ ਹੈਗੀ ਹੈ ਵਿਦ ਦਾ ਪਰਮਿਸ਼ਨ ਆਫ ਕੋਰਟ ਜਿਹੜਾ ਹੈਗਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਉਹਨੂੰ ਐਡਮਿਟ ਕਰਾਇਆ ਜਾਂਦਾ, ਅਤੇ ਜਿਵੇਂ ਜਿਵੇਂ ਜੇ ਉਹ ਨਸ਼ਾ ਜਿਹੜਾ ਹੈਗਾ ਛੱਡ ਜਾਂਦਾ ਤਾਂ ਫਿਰ ਉਹ ਜਿਹੜੀ ਉਹਨੂੰ ਟ੍ਰਾਇਲ ਦੇ ਵਿੱਚ ਇਮਿਊਨਿਟੀ ਮਿਲ ਜਾਂਦੀ ਹੈ ਅਤੇ ਉਹਦਾ ਕੇਸ ਜਿਹੜਾ ਹੈਗਾ ਖਾਰਜ ਹੋ ਜਾਂਦਾ। ਸੋ ਜਿਹੜੇ ਵੀ ਬੰਦੇ ਹੁਣ ਜਿਨ੍ਹਾਂ 'ਤੇ ਅਸੀਂ ਪੀਣ ਵਾਲੇ ਜਿੱਦਾਂ ਮੁਕੱਦਮਾ ਦਰਜ ਕਰਦੇ ਹਾਂ, ਸੋ ਜਿਹੜੇ ਬੰਦੇ ਛੱਡਣਾ ਚਾਹੁੰਦੇ ਨੇ ਤਾਂ ਉਹਨੂੰ ਅੰਡਰ ਸੈਕਸ਼ਨ 64A NDPS ਐਕਟ ਕਾਰਵਾਈ ਕਰਦੇ ਹੋਏ ਅਸੀਂ ਡੀ ਐਡਿਕਸ਼ਨ ਸੈਂਟਰ ਇੱਥੇ ਬਣਿਆ ਹੋਇਆ ਸਾਡੇ ਕੋਲ ਬਠਿੰਡਾ ਦੇ ਵਿੱਚ ਸਿਵਲ ਹੋਸਪਿਟਲ ਦੇ ਵਿੱਚ ਡਾਕਟਰ ਅਰੁਣ ਬਾਂਸਲ ਜੀ ਦੇਖਦੇ ਨੇ। ਸੋ ਇਹਨਾਂ ਦੇਖ ਰੇਖ ਦੇ ਵਿੱਚ ਅਸੀਂ ਉਹਨਾਂ ਨੂੰ ਐਡਮਿਟ ਕਰਵਾ ਦਿੰਦੇ ਹਾਂ, ਅਤੇ ਨਾਲ ਦੀ ਨਾਲ ਹੀ ਸਾਡੀ ਟੀਮ ਜਿਹੜੀ ਹੈਗੀ ਉਹਨੂੰ ਰੂਟੀਨ ਦੇ ਵਿੱਚ ਚੈੱਕ ਵੀ ਕਰਦੀ ਰਹਿੰਦੀ ਹੈ ਕਿ ਜਿਹੜੇ ਉਹ ਟ੍ਰੀਟਮੈਂਟ ਹੈਗਾ ਪ੍ਰੋਪਰ ਤਰੀਕੇ ਨਾਲ ਲੈ ਰਿਹਾ ਕਿਤੇ ਉਹ, ਕਿਉਂਕਿ ਕੁਛ ਪਹਿਲਾਂ ਕੁਛ ਕੇਸਿਸ ਵਿੱਚ ਕੀ ਹੋਇਆ ਸੀਗਾ, ਕੁਛ ਜਿਹੜੇ ਅਕਿਊਜ਼ਡ ਸੀ ਵਿੱਚੋਂ ਭੱਜ ਗਏ ਸੀਗੇ। ਸੋ ਇਹਨਾਂ ਚੀਜ਼ਾਂ ਦਾ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਸਾਰੀਆਂ ਐਂਗਲਸ ਤੋਂ ਜਿਹੜੀ ਹੈਗੀ ਹੈ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਦੇਖੋ ਜੀ, ਤੁਹਾਨੂੰ ਜੇ ਤੁਸੀਂ ਆਪਣਾ ਇਲਾਜ ਟ੍ਰੀਟਮੈਂਟ ਪੂਰਾ ਨਹੀਂ ਕਰੋਗੇ ਤਾਂ ਤੁਹਾਨੂੰ ਟ੍ਰਾਇਲ ਫੇਸ ਕਰਨਾ ਪਊਗਾ ਜਿਹਦੇ 'ਚ ਤੁਹਾਨੂੰ ਸਜ਼ਾ ਵੀ ਹੋ ਸਕਦੀ ਹੈ। ਸੋ ਇਹਨੇ ਸਾਰੇ ਐਂਗਲਸ ਤੋਂ ਅਸੀਂ ਮੋਟੀਵੇਟ ਕਰਕੇ ਹੁਣ ਕਾਫੀ ਜਿਹੜੇ ਕੇਸਿਸ ਜਿਹੜੇ ਹੈਗੇ ਨੇ ਅਸੀਂ 64 NDPS ਐਕਟ ਦੇ ਵਿੱਚ ਅਸੀਂ ਇੱਥੇ ਅੰਡਰ ਟ੍ਰੀਟਮੈਂਟ ਜਿਹੜੇ ਹੈਗੇ ਨੇ। ਫਰਕ ਕਿੰਨਾ ਪੈਂਦਾ ਜਦੋਂ ਸ਼ੁਰੂਆਤੀ ਜਿਹੜੇ ਲੋਕ ਨੇ ਡਰੱਗਸ ਦੇ ਵਿੱਚ ਲੱਗਦੇ ਨੇ ਤਾਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਮੋਰਲ ਸਪੋਰਟ ਮਿਲਦੀ ਹੈ, ਹੋਸਪਿਟਲ ਬਣੀ ਮਤਲਬ ਮੈਡੀਸਨ ਮਿਲਦੀ ਹੈ, ਤੁਹਾਡੇ ਨੂੰ ਸਪੋਰਟ ਮਿਲਦੀ ਹੈ, ਫਰਕ ਕਿੰਨਾ ਇਹਦੇ ਨਾਲ? ਡੈਫੀਨੇਟਲੀ ਦੇਖੋ ਜੀ, ਫਰਕ ਤਾਂ ਪੈਂਦਾ ਹੀ ਹੈ ਡੀ ਐਡਿਕਸ਼ਨ ਸੈਂਟਰ ਦੇ ਵਿੱਚ, ਕਿਉਂਕਿ ਇੱਥੇ ਜਸਟ ਟ੍ਰੀਟਮੈਂਟ ਦੇ ਨਾਲ ਨਾਲ ਉਹਨਾਂ ਨੂੰ ਜਿਹੜੇ ਮੋਟੀਵੇਟਰਸ ਹੈਗੇ ਨੇ ਜਾਂ ਜਿਹੜੇ ਬੰਦੇ ਪਹਿਲਾਂ ਡਰੱਗਸ ਲੈਂਦੇ ਸੀ ਉਹ ਛੱਡ ਚੁੱਕੇ ਨੇ, ਉਹਨਾਂ ਦੇ ਨਾਲ ਵੀ ਰੂਬਰੂ ਕਰਾ ਕੇ ਜਿਹੜਾ ਹੈਗਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਇੱਕ ਸੈਲਫ ਕੌਨਫੀਡੈਂਸ ਜਨਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜਿਹੜੇ ਬੰਦੇ ਹੈਗੇ ਨੇ ਆਪਣੇ ਆਪ ਨੂੰ ਉਹਦੇ ਵਿੱਚ ਕੌਨਫੀਡੈਂਸ ਆ ਜਾਵੇ ਵੀ ਅਸੀਂ ਜਿਹੜਾ ਹੈਗਾ ਨਸ਼ਾ ਛੱਡ ਸਕਦੇ ਹਾਂ। ਪੁਲਿਸ ਨੂੰ ਵੀ ਸੌਖਾ ਹੁੰਦਾ ਕਿ ਨਸ਼ੇੜੀ ਨੂੰ ਪੁਲਿਸ ਥਾਣੇ ਲੈ ਕੇ ਜਾਂਦੀ, ਲੋਕਾਂ 'ਚ ਬੰਦ ਕਰਦੇ, ਤੋੜ ਲੱਗਦੀ ਨਸ਼ੇ ਦੀ, ਕਈ ਵਾਰੀ ਡਾਕਟਰ ਨੂੰ ਬੁਲਾਉਣਾ ਪੈਂਦਾ ਸੀਗਾ, ਜੇ ਪਹਿਲੀ ਟ੍ਰੀਟਮੈਂਟ ਹੋਊਗਾ ਤਾਂ ਤੁਹਾਨੂੰ ਵੀ ਸੌਖਾ ਹੋਊਗਾ ਲੱਗਦਾ? ਦੇਖੋ ਜੀ, ਡੈਫੀਨੇਟਲੀ ਜਿਹੜੀ ਜੇਕਰ ਬੰਦਾ ਕੋਈ ਡਰੱਗਸ ਕੰਜ਼ਿਊਮ ਕਰ ਰਿਹਾ ਉਹਦੇ 'ਤੇ FIR ਰਜਿਸਟਰ ਕਰਕੇ ਉਹ ਟ੍ਰਾਇਲ ਫੇਸ ਕਰਦਾ, ਤਾਂ ਇੱਕ ਸ਼ਾਰਟ ਟਰਮ ਪ੍ਰੋਸੈਸ ਹੈ, ਉਹਦੇ ਨਾਲ ਜਿਹੜਾ ਹੈਗਾ ਉਹਦਾ ਪਰਮਾਨੈਂਟ ਜਿਹੜਾ ਸਲਿਊਸ਼ਨ ਤਾਂ ਨਹੀਂ ਨਾ ਹੁੰਦਾ। ਜਦੋਂ ਬੰਦਾ ਬਾਹਰ ਆ ਜਾਂਦਾ ਬੇਲ 'ਤੇ ਆਉਂਦਾ, ਫਿਰ ਦੁਬਾਰਾ ਜਿਹੜਾ ਹੈਗਾ ਡਰੱਗਸ ਦੇ ਵਿੱਚ ਇਨਵੋਲਵ ਹੋ ਜਾਂਦਾ। ਸੋ ਇਹ ਇੱਕ ਪਰਮਾਨੈਂਟ ਸਲਿਊਸ਼ਨ ਹੈ, ਜੇਕਰ ਬੰਦੇ ਨੂੰ ਟ੍ਰੀਟਮੈਂਟ ਰਾਹੀਂ ਅਸੀਂ ਜੇ ਉਹਨੂੰ ਉਹਦਾ ਠੀਕ ਹੁੰਦਾ, ਨਸ਼ਾ ਛੱਡ ਜਾਂਦਾ, ਤਾਂ ਡੈਫੀਨੇਟਲੀ ਜਿਹੜੀ ਹੈਗੀ ਉਸ ਚੀਜ਼ ਦੇ ਵਿੱਚ ਪਰਮਾਨੈਂਟ ਚੀਜ਼ ਆਉਣ ਦੇ ਨਾਲ ਉਹਦਾ ਜਿਹੜਾ ਹੈਗਾ ਫਿਊਚਰ ਵੀ ਜਿਹੜਾ ਸਿਕਿਓਰ ਹੋ ਜਾਂਦਾ। ਡਾਕਟਰ ਸਾਹਿਬ, ਪੁਲਿਸ ਦੀ ਮੁਹਿੰਮ ਕਿਵੇਂ ਲੱਗੀ? ਤੁਸੀਂ ਸਾਰਾ ਦਿਨ ਇਹਨਾਂ ਪੇਸ਼ੈਂਟਾਂ ਨੂੰ ਟ੍ਰੀਟ ਕਰਦੇ ਹੋ, ਕੀ ਲੱਗਦਾ ਫਰਕ ਕਿੰਨਾ ਪਊਗਾ ਇਸ ਚੀਜ਼ ਦੇ ਨਾਲ, ਕਿੰਨਾ ਮਨੋਬਲ ਵੱਧਦਾ ਇਹਨਾਂ ਦਾ? ਨਹੀਂ ਸਰ, ਦੇਖੋ ਜਿਹੜੇ ਬੰਦੇ ਕੰਜ਼ਿਊਮ ਕਰਦੇ ਸੀ ਪਹਿਲਾਂ ਉਹਨਾਂ ਨੂੰ ਜਿੰਨਾ 'ਚ ਭੇਜਿਆ ਜਾਂਦਾ ਸੀ, ਪਰ ਜਿਹੜੇ ਹੁਣ ਕੰਜ਼ਿਊਮ ਕਰ ਰਹੇ ਆ ਉਹਨਾਂ ਨੂੰ ਜੇਲ੍ਹ 'ਚ ਭੇਜਣ ਦੀ ਬਜਾਏ ਸਰਕਾਰ ਦੀ ਇੱਕ ਵਧੀਆ ਮੁਹਿੰਮ ਹੈ, ਅਤੇ ਉਹ ਉਹਨਾਂ ਨੂੰ ਪਹਿਲਾਂ ਡੀ ਐਡਿਕਸ਼ਨ ਸੈਂਟਰ ਦਾ ਇੱਕ ਟ੍ਰੀਟਮੈਂਟ ਪਾਉਣ ਦਾ ਚਾਂਸ ਦਿੱਤਾ ਜਾਂਦਾ। ਜੇ ਉਹਦਾ ਟ੍ਰੀਟਮੈਂਟ ਪੂਰਾ ਕਰਦੇ ਆ, ਸਾਡੇ ਤੋਂ ਸਰਟੀਫਿਕੇਟ ਲੈਂਦੇ ਆ, ਅਤੇ ਉਹਨਾਂ ਨੂੰ ਉਹਦੇ ਜਿਹੜਾ ਸੈਕਸ਼ਨ 64 ਦੇ ਅੰਡਰ ਇਮਿਊਨਿਟੀ ਮਿਲ ਜੂਗੀ, ਅਤੇ ਨਾਲੇ ਦੂਜੇ ਪਾਸੇ ਉਹ ਇੱਧਰੋਂ ਆਪਦੇ ਸੁਧਰ ਨਸ਼ਾ ਵੀ ਛੱਡ ਦੇਣਗੇ, ਸੁਧਰ ਵੀ ਜਾਣਗੇ। ਕਿੰਨੇ ਕੇਸਿਸ ਤੋਂ ਪਹਿਲਾਂ ਗਏ, ਕਿੰਨੇ ਕਿੱਥੇ ਐਡਮਿਟ ਕਰਾ ਚੁੱਕੇ ਨੇ? ਸਾਡੇ ਕੋਲ ਸਰ ਅੱਜ ਤੱਕ ਟੋਟਲ ਪੰਜਾਬ ਪੁਲਿਸ ਬਠਿੰਡਾ ਵੱਲੋਂ 30 ਕੇਸ ਆਏ ਆ, 30 ਕੇ ਬਾਕੀ ਕੁਛ ਉਹਨਾਂ ਦਾ
ਇੱਥੇ ਐਡਮਿਟ ਰਹਿ ਕੇ ਚਲੇ ਗਏ, ਕੁਛ ਦਾ ਇਲਾਜ ਚੱਲ ਰਿਹਾ, ਓਪੀਡੀ ਬੇਸ 'ਤੇ ਇਲਾਜ ਚੱਲ ਰਿਹਾ, ਸਾਰੀ ਦਵਾਈ ਲੈ ਰਹੇ ਹੈ। ਬਿਲਕੁਲ, ਡਾਕਟਰ ਅਰਨੂਰ ਬਾਂਸਲ ਨੇ ਔਰ SP CT ਨੇ ਪਹਿਲਾਂ ਜਾਣਕਾਰੀ ਦਿੱਤੀ ਕਿ ਅੱਛੀ ਐਫਰਟਸ ਜ਼ਰੂਰ ਹੈ ਪੁਲਿਸ ਦੀ, ਔਰ 30 ਤੋਂ ਜ਼ਿਆਦਾ ਪੇਸ਼ੈਂਟ ਨੇ ਜਿਹੜੇ ਕਿ ਨਸ਼ੇੜੀ ਸੀ ਜਿਨ੍ਹਾਂ ਨੂੰ ਹੋਸਪਿਟਲਾਂ 'ਚ ਭਰਤੀ ਕਰਾਇਆ ਗਿਆ, ਔਰ ਆਈ ਹੋਪ ਇਹੀ ਹੈ ਕਿ ਕਾਫੀ ਲੋਕ ਠੀਕ ਹੋ ਕੇ ਆਪਦੇ ਘਰਾਂ ਨੂੰ ਵੀ ਜਾ ਚੁੱਕੇ ਨੇ। ਬਠਿੰਡਾ ਤੋਂ ਸੂਰਜ ਪਾਨ, ਨਿਊਜ਼ 18 ਪੰਜਾਬ।